ਉਹ ਜਿਹਨਾਂ ਨੇ BC ਫੈਰਿਸ ਦੇ ਵਿੱਚ ਜਾਣਾ ਹੈ ਉਹਨਾਂ ਨੂੰ ਅਧੂਰੀ ਜਾਣਕਾਰੀ ਹੈ ਉਸ ਜਾਣਕਾਰੀ ਲਈ ਦੱਸਦੀ ਹੈ ਕਿ ਬੀਸੀ ਫੈਰਿਸ ਦੇ ਇੱਕ ਬੁਲਾਰੇ ਦਾ ਇਹ ਕਹਿਣਾ ਹੈ ਕਿ ਸਵਾਰੀਆਂ ਨੂੰ ਕਿਸੇ ਵੀ ਟੋਮਨਲ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਇੱਕ ਵਾਰ ਸੇਵਾਵਾਂ ਬਾਰੇ ਪਤਾ ਲੈਣਾ ਚਾਹੀਦਾ ਹੈ ਯਾਨੀ ਕਿ ਕਾਲ ਕਰੋ ਜਾਂ ਜਿਵੇਂ ਵੀ ਕੰਟੈਕਟ ਕਰੋ ਪਰ ਜਾਣਕਾਰੀ ਹਾਸਲ ਜ਼ਰੂਰ ਕਰੋ ਥੈਨ ਮੈਕੈਂਟੋਸ਼ ਨੇ ਕਿਹਾ ਹੈ ਕਿ ਬੀਤੇ ਕੁਝ ਸਮੇਂ ਦੇ ਵਿੱਚ ਸਟਾਫ ਦੀ ਘਾਟ ਕਾਰਨ ਸੇਲਿੰਗਸ ਪ੍ਰਭਾਵਿਤ ਹੋ ਰਹੀਆਂ ਨੇ ਤੇ ਉਹਨਾਂ ਕਿਹਾ ਹੈ ਕਿ ਕਰਮਚਾਰੀਆਂ ਦੇ ਵਿੱਚ ਕੋਵਿਡ-19 ਦੀ ਇਨਫੈਕਸ਼ਨ ਕਾਰਨ ਜਾਂ ਆਮ ਸੀਜ਼ਨਲ ਕੋਲਡ ਤੇ ਫਲੂ ਦੇ ਕਾਰਨ ਕੰਮ ਤੇ ਪਹੁੰਚਣਾ ਮੁਸ਼ਕਲ ਹੁੰਦਾ ਹੈ ਤੇ ਕਈ ਮੌਕਿਆਂ ਤੇ ਇੰਨੇ ਕਰਮਚਾਰੀ ਹਾਜ਼ਰ ਨਹੀਂ ਹੁੰਦੇ ਕਿ ਫੈਰੀ ਯਾਤਰਾ ਨੂੰ ਮੁਮਕਿਨ ਬਣਾਇਆ ਜਾ ਸਕੇ ਉਹਨਾਂ ਇਹ ਵੀ ਕਿਹਾ ਕਿ ਬਹੁਤੇ ਸਟਾਫ ਨੂੰ ਕਰਾਸ ਟ੍ਰੇਨ ਕੀਤਾ ਗਿਆ ਹੈ ਤੇ ਉਹ ਕਿਸੇ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਨੇ ਪਰ ਉਹਨਾਂ ਕਿਹਾ ਕਿ ਕੁਝ ਕਰੂ ਮੈਂਬਰ ਜਿਵੇਂ ਕਿ ਕੈਪਟਨ ਜਾਂ ਫਿਰ ਇੰਜੀਨੀਅਰਸ ਦਾ ਕੰਮ ਜਿਹੜਾ ਹੈ ਜੋ ਕਿਸੇ ਹੋਰ ਦੇ ਵੱਲੋਂ ਨਹੀਂ ਸੰਭਾਲਿਆ ਜਾ ਸਕਦਾ ਯਾਦ ਰਹੇ ਇਹ ਜਾਣਕਾਰੀ ਉਸ ਵੇਲੇ ਦਿੱਤੀ ਗਈ ਹੈ ਜਦ ਇਸ ਵੀਕਐਂਡ ਦੇ ਦੌਰਾਨ ਹਰਸ਼ੋਬੇ ਅਤੇ ਨਨਾਈਮੋ ਵਿਚਾਲੇ ਸਟਾਫਿੰਗ ਸ਼ਾਰਟੇਜ ਕਾਰਨ ਚਾਰ ਫੇਰੀ ਯਾਤਰਾਵਾਂ ਜਿਹੜੀਆਂ ਨੇ ਉਰਧ ਕੀਤੀਆਂ ਗਈਆਂ ਨੇ ਹੁਣ ਜਿਨ੍ਹਾਂ ਨੇ ਬੀਸੀ ਫੇਰਿਸ ਦੇ ਵਿੱਚ ਜਾਣਾ ਹੈ ਉਹਨਾਂ ਨੂੰ ਅਧੂਰੀ ਜਾਣਕਾਰੀ ਹੈ ਉਸ ਜਾਣਕਾਰੀ ਲਈ ਦੱਸਿਆ ਕਿ ਬੀਸੀ ਫੈਰਿਸ ਦੇ ਇੱਕ ਬੁਲਾਰੇ ਦਾ ਇਹ ਕਹਿਣਾ ਹੈ ਕਿ ਸਵਾਰੀਆਂ ਨੂੰ ਕਿਸੇ ਵੀ ਟੋਮਨਲ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਇੱਕ ਵਾਰ ਸੇਵਾਵਾਂ ਬਾਰੇ ਪਤਾ ਲੈਣਾ ਚਾਹੀਦਾ ਹੈ ਯਾਨੀ ਕਿ ਕਾਲ ਕਰੋ ਜਾਂ ਜਿਵੇਂ ਵੀ ਕੰਟੈਕਟ ਕਰੋ ਪਰ ਜਾਣਕਾਰੀ ਹਾਸਲ ਜ਼ਰੂਰ ਕਰੋ ਥੈਨ ਮੈਕੈਂਟੋਸ਼ ਨੇ ਕਿਹਾ ਹੈ ਕਿ ਬੀਤੇ ਕੁਝ ਸਮੇਂ ਦੇ ਵਿੱਚ ਸਟਾਫ ਦੀ ਘਾਟ ਕਾਰਨ ਸੇਲਿੰਗਸ ਪ੍ਰਭਾਵਿਤ ਹੋ ਰਹੀਆਂ ਨੇ ਤੇ ਉਹਨਾਂ ਕਿਹਾ ਹੈ ਕਿ ਕਰਮਚਾਰੀਆਂ ਦੇ ਵਿੱਚ ਕੋਵਿਡ-19 ਦੀ ਇਨਫੈਕਸ਼ਨ ਕਾਰਨ ਜਾਂ ਆਮ ਸੀਜ਼ਨਲ ਕੋਲਡ ਤੇ ਫਲੂ ਦੇ ਕਾਰਨ ਕੰਮ ਤੇ ਪਹੁੰਚਣਾ ਮੁਸ਼ਕਲ ਆ ਰਿਹਾ ਹੈ ਤੇ ਕਈ ਮੌਕਿਆਂ ਤੇ ਇੰਨੇ ਕਰਮਚਾਰੀ ਹਾਜ਼ਰ ਨਹੀਂ ਹੁੰਦੇ ਕਿ ਫੈਰੀ ਯਾਤਰਾ ਨੂੰ ਮੁਮਕਿਨ ਬਣਾਇਆ ਜਾ ਸਕੇ ਉਹਨਾਂ ਇਹ ਵੀ ਕਿਹਾ ਕਿ ਬਹੁਤੇ ਸਟਾਫ ਨੂੰ ਕ੍ਰਾਸ ਟ੍ਰੇਨ ਕੀਤਾ ਗਿਆ ਹੈ ਤੇ ਉਹ ਕਿਸੇ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਨੇ ਪਰ ਉਹਨਾਂ ਕਹਿੰਦੇ ਕਿ ਕੁਝ ਕਰਿਊ ਮੈਂਬਰ ਜਿਵੇਂ ਕਿ ਕੈਪਟਨ ਜਾਂ ਫਿਰ ਇੰਜੀਨੀਅਰਸ ਦਾ ਕੰਮ ਅਜਿਹਾ ਹੈ ਜੋ ਕਿਸੇ ਹੋਰ ਦੇ ਵੱਲੋਂ ਨਹੀਂ ਸੰਭਾਲਿਆ ਜਾ ਸਕਦਾ ਯਾਦ ਰਹੇ ਇਹ ਜਾਣਕਾਰੀ ਉਸ ਵੇਲੇ ਦਿੱਤੀ ਗਈ ਹੈ ਜਦ ਇਸ ਵੀਕਐਂਡ ਦੇ ਦੌਰਾਨ ਹਾਰਸ਼ੋਬੇ ਅਤੇ ਨਨਾਈਮੋ ਵਿਚਾਲੇ ਸਟਾਫਿੰਗ ਸ਼ਾਰਟੇਜ ਕਾਰਨ ਚਾਰ ਫੈਰੀ ਯਾਤਰਾਵਾਂ ਜਿਹੜੀਆਂ ਨੇ ਉਰਧ ਕੀਤੀਆਂ ਗਈਆਂ ਨੇ ਹੁਣ ਜਿਨ੍ਹਾਂ ਨੇ BC ਫੈਰੀਜ਼ ਦੇ ਵਿੱਚ ਜਾਣਾ ਹੈ ਉਹਨਾਂ ਨੂੰ ਅਧੂਰੀ ਜਾਣਕਾਰੀ ਹੈ ਉਸ ਜਾਣਕਾਰੀ ਲਈ ਦੱਸਿਆ ਕਿ ਬੀਸੀ ਫੈਰਿਸ ਦੇ ਇੱਕ ਬੁਲਾਰੇ ਦਾ ਇਹ ਕਹਿਣਾ ਹੈ ਕਿ ਸਵਾਰੀਆਂ ਨੂੰ ਕਿਸੇ ਵੀ ਟੋਮਨਲ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਇੱਕ ਵਾਰ ਸੇਵਾਵਾਂ ਬਾਰੇ ਪਤਾ ਲੈਣਾ ਚਾਹੀਦਾ ਹੈ ਯਾਨੀ ਕਿ ਕਾਲ ਕਰੋ ਜਾਂ ਜਿਵੇਂ ਵੀ ਕੰਟੈਕਟ ਕਰੋ ਪਰ ਜਾਣਕਾਰੀ ਹਾਸਲ ਜ਼ਰੂਰ ਕਰੋ ਥੈਨ ਮੈਕੈਂਟੋਸ਼ ਨੇ ਕਿਹਾ ਹੈ ਕਿ ਬੀਤੇ ਕੁਝ ਸਮੇਂ ਦੇ ਵਿੱਚ ਸਟਾਫ ਦੀ ਘਾਟ ਕਾਰਨ ਸੇਲਿੰਗਸ ਪ੍ਰਭਾਵਿਤ ਹੋ ਰਹੀਆਂ ਨੇ ਤੇ ਉਹਨਾਂ ਕਿਹਾ ਹੈ ਕਿ ਕਰਮਚਾਰੀਆਂ ਦੇ ਵਿੱਚ ਕੋਵਿਡ-19 ਦੀ ਇਨਫੈਕਸ਼ਨ ਕਾਰਨ ਜਾਂ ਆਮ ਸੀਜ਼ਨਲ ਕੋਲਡ ਤੇ ਫਲੂ ਦੇ ਕਾਰਨ ਕੰਮ ਤੇ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ ਆਇਆ ਤੇ ਕਈ ਮੌਕਿਆਂ ਤੇ ਇੰਨੇ ਕਰਮਚਾਰੀ ਹਾਜ਼ਰ ਨਹੀਂ ਹੁੰਦੇ ਕਿ ਫੈਰੀ ਯਾਤਰਾ ਨੂੰ ਮੁਮਕਿਨ ਬਣਾਇਆ ਜਾ ਸਕੇ ਉਹਨਾਂ ਇਹ ਵੀ ਕਿਹਾ ਕਿ ਬਹੁਤੇ ਸਟਾਫ ਨੂੰ ਕ੍ਰਾਸ ਟ੍ਰੇਨ ਕੀਤਾ ਗਿਆ ਹੈ ਤੇ ਉਹ ਕਿਸੇ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਨੇ ਪਰ ਉਹਨਾਂ ਕਹਿੰਦੇ ਕਿ ਕੁਝ ਕਰਿਊ ਮੈਂਬਰ ਜਿਵੇਂ ਕਿ ਕੈਪਟਨ ਜਾਂ ਫਿਰ ਇੰਜੀਨੀਅਰਸ ਦਾ ਕੰਮ ਜਿਹੜਾ ਹੈ ਜੋ ਕਿਸੇ ਹੋਰ ਦੇ ਵੱਲੋਂ ਨਹੀਂ ਸੰਭਾਲਿਆ ਜਾ ਸਕਦਾ ਯਾਦ ਰੱਖੇ ਇਹ ਜਾਣਕਾਰੀ ਉਸ ਵੇਲੇ ਦਿੱਤੀ ਗਈ ਹੈ ਜਦ ਇਸ ਵੀਕਐਂਡ ਦੇ ਦੌਰਾਨ ਹਰਸ਼ੋਬੇ ਅਤੇ ਨਨਾਈਮੋ ਵਿਚਾਲੇ ਸਟਾਫਿੰਗ ਸ਼ਾਰਟੇਜ ਕਾਰਨ ਚਾਰ ਫੇਰੀ ਯਾਤਰਾਵਾਂ ਜਿਹੜੀਆਂ ਨੇ ਉਰਧ ਕੀਤੀਆਂ ਗਈਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ